ਵੀਨੂ ਮੇਲਾ ਪਿੰਡ ਚੰਡੇਰ ਮਹਾਪੁਰਖਾਂ ਜੀ ਸਿੰਘਾ ਪ੍ਰੈਸ ਨਿਊਜ਼ ਸੰਚਾਲਕ ਜਸ ਧੰਨਾਵਾਲਾ ਸੇਵਾਦਾਰ ਬਾਬਾ ਮੋਹਨ ਸਿੰਘ ਅਤੇ ਗੋਬਿੰਦ ਸਿੰਘ ਮਾਨ ਸਰਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਗੋਇੰਦਵਾਲ ਰੋਡ ਨੇੜੇ ਫਤਿਹਾਬਾਦ ਪਿੰਡ ਚੰਡੇਰ ਮਹਾਂਪੁਰਖਾਂ ਬਾਬਾ ਸੇਲਵਰਾ ਜੀ ਦਾ ਸਾਲਾਨਾ ਗੁਰਮਤਿ ਜੋੜ ਮੇਲਾ ਮਿਤੀ 20 ਅਕਤੂਬਰ 2023 ਦੇਸੀ ਮਹੀਨਾ 4 ਕੱਤਕ ਨੂੰ ਸੱਚਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਤਾਰਾ ਸਿੰਘ ਸਰਹਾਲੀ ਕਲਾਂ ਸੰਪਰਦਾਇਕ ਵਰਸਾਏ ਮਹਾਂਪੁਰਖ ਬਾਬਾ ਲੱਖਾ ਸਿੰਘ ਜੀ ਕੋਟੇ ਵਾਲਿਆਂ ਦੇ ਸੇਵਾਦਾਰ ਜਥੇਦਾਰ ਬਾਬਾ ਮੁਖਤਿਆਰ ਸਿੰਘ ਜੀ ਦੀ ਦੇਖ ਰੇਖ ਹੇਠ ਅਤੇ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਪੂਰਵਕ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੀ ਲੜੀ ਅੱਜ ਤੋਂ ਆਰੰਭ ਹੈ ਜੋ ਕਿ ਲਗਾਤਾਰ 20 ਤਰੀਕ ਤੱਕ ਚੱਲੇਗੀ। ਉਸ ਤੋਂ ਉਪਰੰਤ ਖੁੱਲ੍ਹੇ ਪੰਡਾਲਾਂ 'ਚ ਧਾਰਮਿਕ ਦੀਵਾਨ ਸੱਜਣਗੇ ਜਿਸ ਵਿੱਚ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬੁਲਾਰੇ ਰਾਗੀ ਢਾਡੀ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ ਅਤੇ ਸ਼ਾਮ ਨੂੰ ਵੱਡੇ ਪੱਧਰ 'ਤੇ ਵਧੀਆ ਪ੍ਰਬੰਧ ਹੇਠ ਕਬੱਡੀ ਮੈਚ ਅਤੇ ਹੋਰ ਵੀ ਗੇਮਾਂ ਕਰਵਾਈਆਂ ਜਾਣਗੀਆਂ। ਰੂਲਰ ਠੇਲੇ ਨਾਲ ਬਣਾਈ ਜਾ ਰਹੀ ਵੱਡੇ ਪੱਧਰ 'ਤੇ ਖੇਡ ਕਬੱਡੀ ਗਰਾਊਂਡ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ NRI ਸੰਗਤਾਂ ਨੂੰ ਬੇਨਤੀ ਹੈ ਬਾਬਾ ਸੇਲਵਰਾ ਜੀ ਦੇ ਮੇਲੇ ਵਿੱਚ ਪਹੁੰਚ ਕੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। 10 ਰੇਣ ਮੁੱਖ ਸੇਵਾਦਾਰ ਬਾਬਾ ਹਰਦਿਆਲ ਸਿੰਘ ਜੀ ਦੀ ਸਪਤਨੀ ਬੀਬੀ ਕੁਲਦੀਪ ਕੌਰ ਜੀ ਅਤੇ ਨੌਜਵਾਨ ਗੁਰਸੇਵਕ ਸਿੰਘ ਆਮ ਆਦਮੀ ਪਾਰਟੀ ਸੀਨੀਅਰ ਆਗੂ ਅਤੇ ਮਹਾਂਪੁਰਖ ਬਾਬਾ ਬਲਦੇਵ ਸਿੰਘ ਜੀ ਦੇ ਸਪੁੱਤਰ ਬਾਬਾ ਗੁਰਵਿੰਦਰ ਸਿੰਘ ਜੀ। ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ। ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ, ਸਰਬਜੀਤ ਸਿੰਘ ਸਾਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ, ਗੋਬਿੰਦ ਸਿੰਘ ਮਾਨ ਸਰਹਾਲੀ ਕਲਾਂ। ਬੀਬੀ ਕੁਲਦੀਪ ਕੌਰ ਜੀ, ਮੈਂ ਪੱਤਰਕਾਰ ਜਸਬੀਰ ਸਿੰਘ। ਮੈਨੂੰ ਪਤਾ ਲੱਗਾ ਮਹਾਂਪੁਰਖਾਂ ਚੰਡੇਰਾਂ ਦੇ ਮੇਲਾ ਹੋ ਰਿਹਾ ਹੈ। ਇਹ ਕਿਹੜੇ ਮਹਾਂਪੁਰਖਾਂ ਦਾ ਮੇਲਾ ਹੈ? ਬਾਬਾ ਸਿਲਵਰਾ ਜੀ ਦਾ। ਇਹ ਕਿੰਨੀ ਤਰੀਕ ਨੂੰ ਹੋ ਰਿਹਾ ਜੀ? ਹਾਂਜੀ, 20 ਤਰੀਕ ਨੂੰ। 20 ਤਰੀਕ ਨੂੰ ਹੋ ਰਿਹਾ। ਆਪ ਇੱਥੋਂ ਦੇ ਹੈੱਡ ਸੇਵਾਦਾਰ ਹੋ? ਹਾਂਜੀ। ਕੀ ਨਾਮ ਆਪ ਜੀ ਦੇ ਮੁਖੀ ਸੇਵਾਦਾਰਾਂ ਦਾ? ਹਾਂਜੀ, ਬਾਬਾ ਹਰਦਿਆਲ ਸਿੰਘ ਜੀ। ਉਹਨਾਂ ਦੇ ਕੀ ਲੱਗਦੇ ਆਪ ਜੀ? ਮੇਰੇ ਧਰਮ ਪਤਨੀ ਹੈ। ਉਹਨਾਂ ਦੀ ਧਰਮ ਪਤਨੀ ਜੋ ਇੱਥੋਂ ਦੇ ਸੇਵਾਦਾਰ ਹੋਣ ਦੇ ਨਾਤੇ ਆਪ ਜੀ ਦੱਸ ਰਹੇ ਇੱਥੋਂ 20 ਤਰੀਕ ਨੂੰ ਮੇਲਾ ਹੋ ਰਿਹਾ ਹੈ, 17 ਨੂੰ ਚਾਲੂ ਹੈ, ਨਾਲ ਨਾਲ ਜਿਵੇਂ ਜਿਵੇਂ ਪ੍ਰੋਸੀਜਰ ਜੋ ਵੀ ਹੈ ਉਹ ਦੱਸਣਾ ਚਾਹੋਗੇ ਕਿਵੇਂ ਕਿਵੇਂ ਇੱਥੇ ਮੇਲਾ ਹੋ ਰਿਹਾ? ਹਾਂਜੀ, ਇਹ 14 ਤਰੀਕ ਤੋਂ ਪਾਠ ਆਰੰਭ ਹੋਣੇ ਆ। ਹਾਂਜੀ, ਤੇ 20 ਤਰੀਕ ਤੱਕ ਲੜੀਵਾਰ ਚੱਲਣੇ ਆ। ਅੱਛਾ ਜੀ। ਹਾਂਜੀ, ਤੇ 20 ਤਰੀਕ ਨੂੰ ਵੱਡਾ ਮੇਲਾ ਹੋ ਰਿਹਾ? ਹਾਂਜੀ ਹਾਂਜੀ, ਪਾਰਾ ਮੇਲਾ ਆਪਣਾ 20 ਤਰੀਕ ਕਰਾਉਣ ਜਾ ਰਹੇ। ਹਾਂਜੀ, ਹੋਰ ਕੋਈ ਵਿਚਾਰ? ਅੱਛਾ ਜੀ, ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਵਾ, ਬਹੁਤ ਚੰਗਾ, ਉਹਦੇ ਵਿੱਚ ਰਮੜਾਂ ਹੀ ਲੱਗੀਆਂ ਵਾ, ਉਹ ਸਿਸਟਮ ਵਾਈਬ੍ਰੇਟ ਕਰਦਾ ਵਾ। ਗੁਰਸੇਵ ਸਿੰਘ ਜੀ, ਇਹ ਜੋ ਮੇਲਾ ਕਰ ਰਹੇ ਹੋ, ਕਿਹੜੇ ਮਹਾਂਪੁਰਖਾਂ ਦਾ ਮੇਲਾ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਲਾਨਾ ਜੋੜ ਮੇਲਾ ਪਿੰਡ ਚੰਡੇਰ ਮਹਾਂਪੁਰਖਾਂ ਬਾਬਾ ਸਿਲਵਰਾ ਜੀ ਦੀ ਯਾਦ ਦੇ ਵਿੱਚ ਹਰ ਸਾਲ ਕਰਾਇਆ ਜਾਂਦਾ 4 ਕੱਤੇ ਨੂੰ। ਉਹਨਾਂ ਦੇ ਸੰਬੰਧ ਦੇ ਵਿੱਚ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਵਾਰ ਫੁੱਟਬਾਲ ਦਾ ਟੂਰਨਾਮੈਂਟ ਅਤੇ ਨਾਲ ਕਬੱਡੀ ਕੱਪ ਕਰਾਇਆ ਜਾ ਰਿਹਾ ਜੀ, ਜਿਹੜਾ 17 ਤਰੀਕ ਤੋਂ ਸ਼ੁਰੂ ਆ, ਅਤੇ 20 ਤਰੀਕ ਨੂੰ ਜਿਹੜਾ ਆ ਉਹ ਕਬੱਡੀ ਕੱਪ ਆ ਅਤੇ 19 ਤਰੀਕ ਨੂੰ ਫੁੱਟਬਾਲ ਦੇ ਮੈਚਾਂ ਦਾ ਪੈ। ਆਪ ਜੀ ਦੇ ਕਹਿੰਦਾ ਭਾਵ ਕਿ 20 ਤਰੀਕ ਨੂੰ ਵੱਡਾ ਮੇਲਾ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ, ਵੱਡਾ ਮੇਲਾ ਕਰਾਇਆ ਜਾ ਰਿਹਾ। ਬਾਕੀ ਲੜੀਆਂ ਜਿਹੜੀਆਂ ਚੱਲ ਰਹੀਆਂ, ਉਹ ਲੜੀਆਂ ਚੱਲਦੀਆਂ ਆ ਰਹੀਆਂ ਮੇਲੇ ਦੀਆਂ। ਆਪ ਜੀ ਨਗਰ ਨਿਵਾਸੀਆਂ ਨੂੰ, ਇਲਾਕਾ ਨਿਵਾਸੀਆਂ ਨੂੰ, ਦੇਸ਼ਾਂ ਵਿਦੇਸ਼ਾਂ ਦੇ NRI ਵੀਰਾਂ ਨੂੰ ਸੱਦਾ ਦੇਣਾ ਚਾਹੁੰਦੇ ਹੋ,
गुरु घर पहुँच के मेले में पहुँच के गुरु घर दियाँ खुशियाँ प्राप्त करो, आप जी यही कहना चाहोगे? हाँ जी, हाँ जी, सारी संगत को बेनती है जी, वध चढ़ के गुरु घर के दर्शन करो, तो खेडा जड़िया चल रही उहदे विच पहुँच के नौजवानों का उत्साह वधाओ तां जो बच्चे जिहड़े आ होर खेडां नाल। आप जी जिवें समाज सेवी हो, आप बहुत वड्डे समाज सेवी हो, जो खेडां हन जो गुरमत हन ये नौजवानों नूं पंजाबदियां नूं कोई अपने वल्लों मैसेज देना चाहो नौजवान होण दे नाते? यही कहना चाहवांगे जी कि खेडां नाल वध तों वध नौजवान जुड़न ते नशे नूं जिहड़ा वा त्यागण, तां ही जे नौजवान आप हल्ला मारनगे तो ही आप नशे का कोड जोड़ा है वो पंजाब चो कढ सकते हैं। तो खेडा एक बहुत वधिया जरिया वा जिदे नाल जिहड़े आ नौजवान अगे अपना वधिया भविख भी बना सकते हैं, शरीर भी तंदुरुस्त रहेगा। मेले में आ के मेल मिलाप करके, खेडों का मेल मिलाप करके, गुरबाणी का मेल मिलाप करके, ताड़े वर्गे सूझवान लोगों का मेल मिलाप करके अपने आप को अगे ले जा सकते हैं, आप जी कहना भावे? हाँ जी, हाँ। अच्छा जी गुरसेव सिंह जी, आप जी ने साडे जी सिंह चलन चढ़ते चलदा हाँ मैं पत्रकार जसवीर सिंह, वाहेगुरू जी का खालसा वाहेगुरू जी की फतेह। गुरु प्यारी सत्संग जी, चंडेर महापुरखां बाबा सुजड़ा जी का मेला जो आ रहा है 20 तरीक नूं, उस संबंध में आज रूलर घूम रहा है, ये ग्राउंड बना रहा खेड कबड्डी वास्ते संगतां वास्ते, आने जाने वाली संगतां जो हैगियां आपां खेड कबड्डी कह सकते हैं होर भी खेडां कह सकते हैं। ये देखो जोरां शोरां नाल दरबार की सेवा चल रही है, जिन्हों आप रूला कहने पंजाबी वो घूम रहा ग्राउंड के आप जी दिखाने का सब बनया। तो मैं इलाके में आया हाँ, मेरा खर्च भी बनता ये चीज़ा दिखाई जा आप जी जी सिंह चलन के राही। ये जो ग्राउंड है पूरी बाबा सलवरा जी की दरबार के सामने हैं, ये बाबा जी के दरबार के सामने है, जिवें बाबा जी के बेटे भी आ रहे हैं। ये जो बाबा जी कि बाबा गुरिंदर सिंह जी, तुम महापुरखों के सपुत्र जो, तो इस इलाके कोई अपनी विचार देना चाहो, दो मेले तक लागे हो रहे, एक तो अपने दरबार पहुंचो। हाँ जी, एक कबड्डी कप 20 तरीक नूं आ। हाँ जी, तो पहला फुटबॉल का टूरनामेंट आ 16, 17, 18। हाँ जी, शायद जे टीमां थोड़ियां जे टीमां वध गईयां फिर 17 तो शुरू जी। अच्छा, बाकी चढ़दी कला रहो सर। आप जी का की नाम दस्सिया जी? गुरविंदर सिंह महापुरखों के सपुत्र जो। हाँ जी, हाँ। अच्छा जी, धन्यवाद आप जी का। बाबे में दरसाउणा दा पोतरा मैं। ठीक है जी, धन्यवाद। बाबा जी की नाम तुहाडा? की नाम तुहाडा? मोहन सिंह। तुसीं सेवादार दस्सदे? हाँ जी, हाँ जी। किहड़े महापुरख इत्थे सेवा कराउंदे ने? बाबा मुखतार सिंह जी, बाबा लखा सिंह जी कोटेवाले। महापुरख बाबा लखा सिंह कोटेवाले, तो उन्होंने सेवक बाबा मुख्तार सिंह जी दरबार की सेवा करवाते हैं। अच्छा जी महापुरखो चलदा हाँ, धन्यवाद जी का विचार से, वाहेगुरू जी का खालसा वाहेगुरू जी की फतेह। जी सिंघा टीम अते जस धुन्नावाला वालों आवाजाई लोगों लई खास मैसेज, ट्रैफिक नियमों नूं अपनाओ, सड़क आवाजाई लोक भलाई विच वाधा पाओ, अपने वाहन दी स्पीड नूं निरंतर विच रखो, क्योंकि सड़क ते आवाजाई लोक साढ़े अपने हन, कर भला सो हो भला, अंत भले दा भला। प्यारे दर्शको, जी सिंघा टीवी चैनल तुहाडा अपना चैनल है, इस नूं लाइक कमेंट शेयर करो, जेकर तुसी चैनल ते नवे हो तां इस नूं सबसक्राइब करो अते बैल आइकन दबाउणा ना भुल्लो, तां कि हर आउण वाली वीडियो आप जी तक सब तो पहला पहुँच सके। अपने पिंड जां शहर दा कोई भी प्रोग्राम फुल HD लाइव करवाउण संबंधी अते अपने कारोबार दी ऐड मशहूरी करवाउण संबंधी संपर्क नंबर 9876253913 97 93 1462।